ਸਾਨੂੰ ਵੀ ਇੱਕ ਕਨੈਕਸ਼ਨ ਦੇ ਦਿਓ। ਫ੍ਰੀ ਵਾਲਾ ਨਹੀਂ ਦੇਣਾ ਤਾਂ ਚੱਲ ਬਿੱਲ ਵਾਲਾ ਹੀ ਦੇ ਦਿਓ। ਸੂਰਜ ਦੇਵਤਾ ਜੀ ਕਰੋ ਕਿਰਪਾ, ਚੱਲ ਪਾ ਆ ਜਾ, ਕਿਰਪਾ ਹੋ ਗਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਬਹੁਤ ਹੀ ਸਾਰੇ ਭਰਾਵਾਂ ਦੇ ਮੈਸੇਜ ਆ ਰਹੇ ਸੀਗੇ ਕਿ ਸੋਲਰ ਬਾਰੇ ਸਾਰੀ ਜਾਣਕਾਰੀ ਦਿਓ, ਅਤੇ ਅੱਜ ਤੁਹਾਨੂੰ ਇਕੱਲੀ ਜਾਣਕਾਰੀ ਦੇਵਾਂਗੇ ਸੋਲਰ ਬਾਰੇ ਵੀ ਕਿੰਨਾ ਖਰਚਾ ਆ, ਕਿੰਨੀਆਂ ਇਹਦੇ 'ਤੇ ਮੋਟਰਾਂ ਚੱਲਦੀਆਂ ਨੇ, ਕੀ ਹਿਸਾਬ ਕਿਤਾਬ ਆ, ਉਹਦੇ ਬਾਰੇ ਤੁਹਾਨੂੰ ਸਾਰੇ ਦੱਸਦੇ ਹਾਂ। ਹਾਂਜੀ ਦੋਸਤੋ, ਸੋਲਰ ਦੀ ਖਾਸੀਅਤ ਤਾਂ ਬਹੁਤ ਜ਼ਿਆਦਾ ਵਧੀਆ। ਇੱਕ ਵੀ ਰਾਤ ਨੂੰ ਉੱਠ ਕੇ ਪਾਉਣ, ਸੱਪਾਂ ਦੀਆਂ ਸਿਰੀਆਂ ਨਹੀਂ ਬਿੰਦਣੀਆਂ ਪੈਂਦੀਆਂ। ਹਾਂਜੀ, ਅਤੇ ਦੋਸਤੋ ਸਾਡੇ ਸੋਲਰ 2017 ਤੋਂ ਲੱਗਿਆ ਨਾ, 17 ਤੋਂ ਲੱਗਿਆ, ਅਤੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਸੋਲਰ ਵਾਲੀ ਮੋਟਰ ਸਾਡੇ ਲੱਗੀ ਸੀਗੀ, ਮਤਲਬ ਕਿ ਆਪਣੇ ਖੇਤ ਦੇ ਵਿੱਚ, ਉਹ ਹੀ ਤੁਹਾਨੂੰ ਦਿਖਾਉਂਦੇ ਕਿਹੜੀ ਮੋਟਰ ਸੀਗੀ ਪਹਿਲੀ ਸੋਲਰ ਵਾਲੀ, ਅਤੇ ਹੁਣ ਤੁਹਾਨੂੰ ਦੱਸਦੇ ਹਾਂ ਦੋਸਤੋ ਇਹਦੀ ਖਾਸੀਅਤ, ਅਤੇ ਫਿਰ ਇਹਦਾ ਇੱਕ ਦੋ ਜਿਹੜੀਆਂ ਕਮੀਆਂ ਬਾਹਲੀਆਂ ਵੱਡੀਆਂ ਪਵਣ, ਬਿਲਕੁਲ ਉਹ ਵੀ ਜਿਹੜੀਆਂ ਚਾਹ ਕੇ ਵੀ ਉਹ ਦੂਰ ਨਹੀਂ ਕਰ ਸਕਦੇ ਉਹ ਕਮੀਆਂ। ਹਾਂ, ਅਤੇ ਤੁਹਾਨੂੰ ਸਭ ਤੋਂ ਪਹਿਲਾਂ ਦੋਸਤੋ ਦਿਖਾਉਂਦੇ ਹਾਂ ਵੀ ਸਾਡੇ ਖੇਤ ਇੱਥੇ ਜਿਹੜਾ 20 HP ਦੇ ਲਗਭਗ ਸੋਲਰ ਜਿਹੜਾ ਲੱਗਿਆ ਹੋਇਆ, ਵੀ ਸਾਰੇ ਸਾਡੇ ਵੀ ਸਾਰੀਆਂ ਜਿੰਨੀਆਂ ਵੀ ਮੋਟਰਾਂ ਸਾਰੇ ਖੇਤਾਂ ਦੇ ਵਿੱਚ ਸੋਲਰ ਵਾਲੀਆਂ ਹੀ ਪਵਣ। ਹਾਂਜੀ ਬਿਲਕੁਲ। ਅਤੇ ਦੋਸਤੋ ਸਾਡਾ ਜਿਹੜਾ ਸੋਲਰ ਇਹ ਸਾਡਾ ਲੂਬੀ ਕੰਪਨੀ ਦਾ ਲੱਗਿਆ, ਅਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਹੈਵੀ ਸਟਰਕਚਰ ਆ ਜਿਹੜਾ ਅੱਜ ਕੱਲ੍ਹ ਆਉਂਦਾ ਲੂਬੀ ਦਾ, ਉਹਦੇ ਨਾਲੋਂ ਵੀ 1000 ਗੁਣਾ ਵੀ ਵਧੀਆ ਸਟਰਕਚਰ ਲੱਗਿਆ ਹੋਇਆ। ਅਤੇ ਇਹਦੇ 'ਤੇ ਦੋਸਤੋ ਸਾਡੇ ਸਮਰਸੀਬਲ ਵੀ ਚੱਲਦੀਆਂ, ਅਤੇ ਮੋਨੋ ਬਲਾਕ ਵੀ ਚੱਲਦੀਆਂ। ਕਿੰਨੇ HP ਦੀਆਂ ਸਾਰੀ ਜਾਣਕਾਰੀ ਤੁਹਾਨੂੰ ਐਸੇ ਬਲੌਗ 'ਚ ਦੇਵਾਂਗੇ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਪਾਉਣ ਰੋਜ਼ ਹੀ ਮੈਸੇਜ ਆਉਂਦੇ ਆ ਵੀ ਸੋਲਰ ਵਾਲੀ ਮੋਟਰ ਦੀ ਜਾਣਕਾਰੀ ਦਿਓ। ਅਤੇ ਇਹਦਾ ਦੋਸਤੋ ਤੁਹਾਨੂੰ ਕੰਟਰੋਲਰ ਦਿਖਾਉਣੇ, ਸਾਰਾ ਸਿਸਟਮ ਵੀ ਕਿੱਥੋਂ ਸਾਡੀਆਂ ਕਿੰਨੀਆਂ ਮੋਟਰਾਂ ਕੰਟਰੋਲ ਹੋ ਰਹੀਆਂ, ਅਤੇ ਬਾਅਦ 'ਚ ਉਹਨਾਂ ਦਾ ਇਕੱਲੀ ਤਾਂ ਤੁਹਾਨੂੰ ਪਾਣੀ ਦਿਖਾਵਾਂਗੇ। ਦੋਸਤੋ ਆਹ ਜਿਹੜਾ ਕੰਟਰੋਲਰ ਸਾਡਾ ਸਾਰਿਆਂ ਨਾਲ ਪਹਿਲਾਂ ਲੱਗਿਆ ਸੀਗਾ 2017 ਦੇ ਵਿੱਚ, ਜਿਹੜਾ ਕਿ 7.5 HP ਦਾ ਹੁੰਦਾ, ਅਤੇ ਆਹ 5 HP ਦਾ, ਅਤੇ ਆਹ 3 HP ਦਾ, ਇੱਥੇ ਇੱਕ ਮੋਟਰ ਦਾ ਉੱਪਰ ਲੱਗਿਆ, ਇਹ ਵੀ ਤੁਹਾਨੂੰ ਦਿਖਾਉਣੇ ਆ। ਅਤੇ ਇਹਦਾ ਦੋਸਤੋ ਫ੍ਰੀਕੁਐਂਸੀ ਵਾਲਾ ਸਿਸਟਮ ਹੁੰਦਾ ਸਾਰਾ, ਵੀ ਉਹ ਸਾਰੇ ਅੱਜ ਕੱਲ੍ਹ ਆਲਮੋਸਟ ਦੋਸਤਾਂ ਨੂੰ ਪਤਾ ਹੀ ਹੁੰਦਾ ਵੀ ਫ੍ਰੀਕੁਐਂਸੀ ਕੀ ਹੁੰਦੀ ਆ, ਉਸ ਹਿਸਾਬ ਨਾਲ ਚੱਲਦੀਆਂ ਹੈ। ਅਤੇ 7.5 ਮੋਟਰ ਦਾ ਦੋਸਤੋ ਤੁਸੀਂ ਸਮਰਸੀਬਲ ਆ ਜਿਹੜੀ ਵੀਡੀਓ 'ਚ ਦੇਖ ਰਹੇ ਹੋ ਚੱਲ ਰਹੀ, ਵੀ ਇਹ ਪਾਣੀ ਇਹਦਾ ਸਮਰਸੀਬਲ ਆ, 5 HP ਦੀ ਮੋਟਰ ਆ, ਅਤੇ ਜਿਹੜੀ ਆਹ 5 HP ਦੀ ਮੋਟਰ ਆ ਇਹ ਮੋਨੋ ਬਲਾਕ ਹੈ ਦੋਸਤੋ, ਅਤੇ ਇਹਦਾ ਪਾਣੀ ਵੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ। ਅਤੇ ਆਹ ਜਿਹੜੀਆਂ 2 ਮੋਟਰਾਂ, ਇੱਕ ਆਹ ਅਤੇ ਇੱਕ ਜਿਹੜੀ ਅਪਰ ਮੋਟਰ ਲੱਗੀ ਹੋਈ ਤੁਹਾਨੂੰ ਡਰਾਈਵ ਦਿਖਾ ਰਹੇ ਹਾਂ, ਇਹਦੇ ਵਿੱਚ ਦੋਨਾਂ ਦਾ ਰਲ ਕੇ ਪਾਣੀ ਆਉਂਦਾ, 4-4 ਇੰਚ ਇਹਨਾਂ ਦਾ ਵੀ ਪਾਣੀ ਪੂਰਾ ਵਧੀਆ। ਦੋਸਤੋ ਇੱਥੇ ਸਾਡੇ ਸਾਰੇ 1, 2, 3, 4, 5, 6, 7, 8 ਡਿਸ਼ਾਂ ਲੱਗੀਆਂ ਹੋਈਆਂ, ਅਤੇ ਜਿਨ੍ਹਾਂ ਦੇ ਸੋਲਰ ਨਹੀਂ ਲੱਗੇ ਹੁੰਦੇ ਉਹਨਾਂ ਨੂੰ ਐਂ ਲੱਗਦਾ ਵੀ ਥਾਂ ਵੀ ਬਹੁਤ ਘੇਰਦੀ ਆ, ਇਹਨਾਂ ਨੇ ਘੱਟੋ ਘੱਟ 1 ਕਨਾਲ ਥਾਂ ਸਾਡੀ ਰੋਕੀ ਹੋਈ ਆ, ਕਨਾਲ ਦੇ ਵਿੱਚ ਮਤਲਬ ਕਿ 4-5 ਮੋਟਰਾਂ ਦਾ ਸੈੱਟ ਸਾਡਾ ਲੱਗਿਆ ਹੋਇਆ। ਅਤੇ ਆ ਤੁਸੀਂ ਦੇਖੋ ਵੀ ਬਹੁਤ ਹੀ ਹੈਵੀ ਸਟਰਕਚਰ ਹੈ, ਇਹ ਜਿਹੜਾ ਸਟਰਕਚਰ ਅੱਜ ਕੱਲ੍ਹ ਬਹੁਤ ਘੱਟ ਆ ਰਿਹਾ, ਜੇ ਤੁਸੀਂ ਲਾਉਂਗੇ ਤਾਂ ਮਹਿੰਗਾ ਪੈਂਦਾ, ਪਰ ਜ਼ਿਆਦਾ ਲੋਕ ਸਸਤੇ ਦੇ ਲਾਲਚ ਦੇ ਵਿੱਚ ਵੀ ਇਹ ਸੈਟਅਪ ਨਹੀਂ ਲਵਾ ਰਹੇ ਜਿਹੜਾ ਸਾਡੇ। ਹੁਣ ਮਹਿੰਗਾ ਇੱਕ ਵਾਰੀ ਆਪਾਂ ਲਵਾਲ ਕੇ ਬਾਅਦ 'ਚ ਆਪਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ, ਆਪਣੇ ਇੰਨੇ 7 ਸਾਲ ਹੋ ਗਏ ਆ ਲੱਗੇ ਨੂੰ, ਹਾਂਜੀ ਕੋਈ ਹਜੇ ਤੱਕ ਕੋਈ ਪ੍ਰੋਬਲਮ ਨਹੀਂ। ਦੇਖੋ ਦੋਸਤੋ ਕਿਤੋਂ ਵੀ ਗਲਿਆ ਸੜਿਆ ਕਿਤੋਂ ਵੀ ਤੁਹਾਨੂੰ ਨਹੀਂ ਮਿਲੂਗਾ ਸਾਡਾ ਪੈਨਲ, ਕਿਤੇ ਜੰਗਾਲ ਨਹੀਂ ਲੱਗਿਆ। ਇੱਧਰ ਦੇਖੋ ਤੁਸੀਂ ਸਾਰਾ ਸਟਰਕਚਰ A to Z, ਮਤਲਬ ਕਿ ਜਿਵੇਂ ਦਾ ਲਵਾਇਆ ਸੀ ਉਵੇਂ ਦਾ ਉਵੇਂ ਆ। ਇੱਕ ਸਾਡੇ ਆ ਸੋਲਰ ਦੋਸਤੋ 3 HP ਦਾ, ਅਤੇ ਇਹਦੀ ਮੋਟਰ ਬਹੁਤ ਬਾਹਲੀ ਦੂਰ ਲੱਗੀ, ਤੁਹਾਨੂੰ ਦਿਖਾ ਨਹੀਂ ਸਕਦੇ, ਉਹ ਬਹੁਤ ਜ਼ਿਆਦਾ ਸਿਰੇ 'ਤੇ ਲੱਗੀ ਹੋਈ ਹੈ ਜਾਖੜਾਂ ਦੇ, ਸੁਨੀਲ ਕੁਮਾਰ ਜਾਖੜ ਦੇ ਜਿਹੜੇ ਮੋਗੇ ਦੇ ਨਾਲ। ਅਤੇ ਆਹ ਪਾਣੀ ਹੈ, ਚੱਕ ਕੇ ਦਿਖਾਇਓ ਪਾਉਣ ਪਾਣੀ। ਇਹ ਦੋਸਤੋ 5 HP ਦਾ ਪਾਣੀ ਹੈ ਸਾਡੀ ਦਾ, 5 HP ਮੋਟਰ ਦਾ, ਆਹ ਤੁਸੀਂ ਦੇਖ ਲਓ।
5 HP। ਇਹ ਦੋਸਤੋ ਸਾਡਾ 5 HP ਦੀ ਮੋਟਰ ਜਿਹੜਾ ਉਹਦਾ ਪਾਣੀ ਹੈ, ਅਤੇ ਆਹ ਸਾਡੇ ਖੂਹ ਤੁਸੀਂ ਦੇਖ ਰਹੇ ਹੋ 5 HP ਦੀ ਮੋਟਰ ਲੱਗੀ ਹੋਈ ਆ। ਤੋ ਜਿਹੜੇ ਹੁਣ ਪੰਜਾਬ 'ਚ ਸੋਲਰ ਲੱਗ ਰਹੇ ਆ ਅਤੇ ਉਹ ਮਤਲਬ ਕਿ ਕੁਆਲਿਟੀ ਵਾਈਜ਼ ਬਹੁਤ ਹੀ ਜ਼ਿਆਦਾ ਮਾੜੇ ਲੱਗ ਰਹੇ ਆ, ਅਤੇ ਜੇ ਤੁਸੀਂ ਚੰਗੇ ਲਾਓਗੇ ਤਾਂ ਥੋੜ੍ਹਾ ਜਿਹਾ ਰੇਟ ਦਾ ਫਰਕ ਹੋਊਗਾ। ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਸੋਲਰ ਲਵਾਉਣਾ ਤਾਂ ਚੰਗਾ ਲਵਾਓ, ਮਾੜਾ ਸੋਲਰ ਨਾ ਲਵਾਓ। ਅਤੇ ਤੁਹਾਨੂੰ ਹੁਣ ਦਿਖਾਉਣਾ 2016 ਦੇ ਵਿੱਚ ਜਿਹੜਾ 17 'ਚ ਲੱਗਿਆ ਸੀ ਸੋਲਰ ਸਾਡਾ, ਉਹਦਾ ਸਟਰਕਚਰ ਦੇ ਵਿੱਚ ਕਿਤੇ ਇੱਕ ਥਾਂ 'ਤੇ ਵੀ ਜੰਗਾਲ ਨਹੀਂ ਆਇਆ। ਓਹੋ ਸੰਧੂ ਸਾਹਿਬ ਆ ਕੀ ਕਰੀ ਜਾਂਦੇ ਹੋ? ਇਹ ਪਾਉਣ ਅੱਜ ਕੱਲ੍ਹ ਤਾਂ ਲੋਕਾਂ ਨੇ ਨਾ ਕਚਰਾ ਲਵਾ ਰੱਖਿਆ, ਅਤੇ 2017 ਵਾਲੀ ਕੁਆਲਿਟੀ ਚੈੱਕ ਕਰਾਉਣਾ ਤੁਹਾਨੂੰ ਇੱਧਰ। ਕੁਆਲਿਟੀ ਦਾ ਫਿਰ ਹੁਣ ਪਤਾ ਲੱਗੀ ਜਾਂਦੀ ਹੈ ਵੀ ਕੁਆਲਿਟੀ ਦਾ ਬਹੁਤ ਵਧੀਆ ਗਲਿਆ ਗਲਾਵਟ, ਇੱਕ ਥਾਂ 'ਤੇ ਵੀ ਜੰਗਾਲ ਲੱਗੇ ਦਿਖਾ ਦੇ ਇਹ। ਅਤੇ ਦੋਸਤੋ ਇੱਕ ਆਹ ਮੋਟਰ ਹੈਗੀ ਜੀ ਸਾਡੀ ਸਮਰਸੀਬਲ ਜਿਹੜੀ 5 HP ਦੀ ਆ, ਇੱਧਰ ਤੁਸੀਂ ਦੇਖ ਹੀ ਸਕਦੇ ਹੋ ਇਹਦਾ ਪਾਣੀ ਕਿੰਨਾ ਜ਼ਿਆਦਾ ਮਤਲਬ ਕਿ ਆ ਰਿਹਾ ਹੈਗਾ। ਅਤੇ ਇੱਧਰਲੀ ਸਾਈਡ ਜਿਹੜਾ ਕਿ ਆਪਣੇ ਇੱਧਰ ਸੋਲਰ ਵਾਲੀ ਮੋਟਰ ਦੇ ਦੋਸਤੋ ਤੁਹਾਨੂੰ ਦੱਸ ਦਈਏ ਵੀ ਜਿਹੜੇ ਫਾਇਦੇ ਆ, ਨਾ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿਧਣੀਆਂ ਪੈਂਦੀਆਂ, ਨਾ ਰਾਤ ਦੀ ਨੀਂਦ ਖਰਾਬ ਕਰਨੀ ਪੈਂਦੀ ਹੈ, ਪਰ ਇਹਦਾ ਸਭ ਤੋਂ ਵੱਡਾ ਇੱਕ ਹੀ ਘਾਟਾ ਵੀ ਜਦੋਂ ਸੂਰਜ ਦੇਵਤਾ ਚੜ੍ਹਦਾ ਨਹੀਂ ਗਾ ਦੋ ਦੋ ਦਿਨ, ਉਦੋਂ ਫਿਰ ਜਨਰੇਟਰ ਚਲਾਉਣਾ ਪੈਂਦਾ ਅਤੇ ਉਦੋਂ ਫਿਰ ਡੀਜ਼ਲ ਵਾਲੇ ਡਰੰਮ ਦਾ ਪਤਾ ਨਹੀਂ ਲੱਗਦਾ ਵੀ ਕਿੱਧਰ ਕਿੱਧਰ ਗਿਆ, ਖਾਲੀ ਹੋ ਜਾਂਦਾ। ਹਾਂ ਬਸ ਇਹਦੀ ਇੱਕ ਹੀ ਉਹੀ ਡਿਸਵਾਂਟੇਜ ਆ, ਬਾਕੀ ਸੋਲਰ ਵਾਲੀ ਮੋਟਰ ਦੀ ਰੇਸ ਜਿੱਥੇ ਵਾਟਰ ਲੈਵਲ ਉੱਚਾ ਮਤਲਬ ਕਿ 15-20 ਫੁੱਟ ਦੇ ਨੇੜੇ ਆ, ਉੱਥੇ ਦਾ ਸੋਲਰ ਵਾਲੀ ਮੋਟਰ ਦੋਸਤੋ ਮੈਂ ਕਹਿੰਦਾ ਵੀ ਸੋਨੇ ਤੇ ਸੁਹਾਗਾ। ਤੇ ਬਾਕੀ ਦੋਸਤੋ ਸਾਡੇ ਜਿਹੜੇ ਕਿ ਇੱਧਰਲੀ ਸਾਈਡ ਜਿਹੜੇ ਆ ਕਨੈਕਸ਼ਨ ਨੇ ਦੂਸਰੇ ਜਿਹੜੇ ਫ੍ਰੀ ਬਿਜਲੀ ਵਾਲੇ ਮਿਲਦੇ ਹੁੰਦੇ ਆ, ਉਹ ਆਪਣੇ ਇੱਧਰ ਕਿਸੇ ਨੂੰ ਨਹੀਂ ਮਿਲੇ ਹੋਏਗੇ। ਸਾਨੂੰ ਤਾਂ ਕੋਈ ਇੱਕ ਇੱਕ ਕਨੈਕਸ਼ਨ ਹੀ ਮਿਲ ਜਾਣਾ ਬਿੱਲ ਵਾਲਾ, ਤੇ ਅਸੀਂ 40-40 ਕਿੱਲੇ ਝੋਨਾ ਪਾ ਲਈਏ ਵਧੀਆ, ਅਤੇ ਇੱਕ ਕਨੈਕਸ਼ਨ ਵਾਲੀ, ਕਿਉਂਕਿ ਸਾਡੇ ਸਾਰੇ ਸੋਲਰ ਆ ਅਤੇ ਇੱਕ ਅੱਧੇ ਦੀ ਕਿਤੇ ਘਾੜ ਰੜਕਦੀ ਹੈ ਜਦੋਂ ਸੂਰਜ ਨਹੀਂ ਚੜ੍ਹਦਾ, ਦੋ ਦੋ ਤਿੰਨ ਤਿੰਨ ਦਿਨ ਉਦੋਂ ਥੋੜ੍ਹਾ ਜਿਹਾ ਔਖਾ ਹੁੰਦਾ। ਬਿਲਕੁਲ। ਅਤੇ ਬਾਕੀ ਦੋਸਤੋ ਜਾਣਕਾਰੀ ਵਧੀਆ ਲੱਗੀ, ਸ਼ੇਅਰ ਜ਼ਰੂਰ ਕਰ ਦਿਓ ਜੀ।